करदे बलोरी अखां सामने नी मित्रां ने पग बन्नी। भी पग वाला काम हो गया ओके, ये सेट बनी भी पूरी। बिट्टू ए, ओ मैं जाया मारतिया कोले ते हिसाब किताब जा करे मां। ठीक है ठीक है। ओ नाले मासी अरके के सिंह से पेंट कोट जा करा ली। केड़ा कोट पेंट? एक ही दस गया छिंदेर ब्याह च पाया सी यार। ओ यार कुड़ी दा ब्याह गा, मैं ता कुर्ता पजामा पाऊं यार। और मासी अरके के सिंह सी ओ भी लो पाई सी जा पाच के ले गया फिर यार। पाच एवें बुड़ बुड़ जी करी जानियां बुड़ियां इन्हां। ओ फटाफट ले आ यार, अगे लेट हुई ना का मैं। ਹੋਰ ਕੋਲੇ ਕੀ ਹਾਲ ਨੇ? ਠੀਕ ਹੈ ਮਗਰਾ, ਹੋਰ ਸੁਣਾ ਕੀ ਹਾਲ ਚਾਲ ਹੈ? ਵਧੀਆ ਠੀਕ ਠਾਕ ਜੀ। ਹੋਰ ਘਰ ਪਰਿਵਾਰ ਕਿਵੇਂ ਹੈ? ਘਰ ਪਰਿਵਾਰ ਵਧੀਆ ਠੀਕ ਠਾਕ, ਤੂੰ ਸੁਣਾ ਕਿਵੇਂ ਚੱਲਦਾ ਕੰਮ ਕਾਰ? ਬਸ ਚੱਲੀ ਜਾਂਦਾ ਵਧੀਆ, ਲੋਕਡਾਊਨ ਚ ਟਾਈਮ ਪਾਸ ਕਰੀ ਜਾਂਦੇ ਆ। ਚਲੋ ਹੋਰ ਦੱਸ ਤੂੰ ਕਿਵੇਂ ਆਉਣਾ ਹੋਇਆ ਅੱਜ? ਮੇਰਾ ਤਾਂ ਤੈਨੂੰ ਪਤਾ ਗੁੜੀਆ ਦਾ ਰੱਖੀ ਬੈਠਾ ਵਿਆਹ। ਅੱਛਾ, ਤੇ ਉਹ ਬੜਾ ਖੇੜੇ ਪਈ ਬੈਠੀ ਆ, ਕਹਿੰਦੀ ਬਾਪੂ ਤੂੰ ਐਤਕੀ ਪਾਉਣਾ ਹੈ ਕੋਟ ਪੈਂਟ। ਮੈਂ ਉਹਨੂੰ ਆਖਿਆ ਨਹੀਂ, ਮੈਂ ਕੁੜਤਾ ਜਾਮਾ ਪਾਉਣਾ। ਉਹ ਕਹਿੰਦਾ ਤੂੰ ਪਾਉਣਾ ਕੋਟ ਪੈਂਟ, ਤੇ ਇਹ ਮੇਰੇ ਹੋ ਗਿਆ ਥੋੜਾ ਜਿਹਾ ਪੀੜਾ, ਥੋੜਾ ਇਹ ਖੁੱਲਾ ਕਰਨਾ ਆਪਾਂ। ਦੇਖ ਵੱਡੇ ਵੀਰ, ਆਪਾਂ ਕੋਟ ਪੈਂਟ ਤਾਂ ਨਹੀਂ ਕਰਿਆ ਕਦੇ ਲੋਟਾ, ਆਪਾਂ ਤਾਂ ਤੈਨੂੰ ਪਤਾ ਯਾਰ ਆ ਕੁੜਤੇ ਪਜਾਮੇ ਦਾ ਕੰਮ ਹੀ ਕਰੀਦਾ। ਬੜਾ ਟਾਈਮ ਪਾਸ ਕਰਦੇ ਐ ਕਰ। ਮੇਰਾ ਇੱਕ ਮਿੱਤਰ ਹੈ ਮੰਡੀ ਚ। ਕਿੱਥੇ ਜੀ? ਮੰਡੀ ਚ ਅੱਡੇ ਵਾਲੀ ਗਲੀ ਚ। ਠੀਕ, ਉਹਦੇ ਕੋਲੇ ਵਗ ਜੀ, ਮੇਰਾ ਨਾਂ ਲੈ ਜੀ, ਨਾਲੇ ਪੈਸੇ ਘੱਟ ਕਰ ਲੂ, ਨਾਲੇ ਕੰਮ ਛੇਤੀ ਕਰ ਲੂ, ਵਧੀਆ ਕੰਮ ਕਰਦਾ। ਚੱਲ ਠੀਕ ਆ ਫਿਰ ਵੱਡੇ ਭਾਈ। ਹਾਂ ਚਾਹ ਪੀ ਜਾਂਗਾ। ਉਹ ਚਾਹ ਪਾਣੀ ਤਾਂ ਬਸ, ਤੇ ਬਾਕੀ ਮੈਂ ਕਾਰ ਦੇ ਕੇ ਜਾਊਂਗਾ, ਤੇ ਸਾਰੇ ਪਰਿਵਾਰ ਨੇ ਆਉਣਾ। ਕੋਈ ਗੱਲ ਨਹੀਂ ਭਾਈ, ਕੋਈ ਪੱਕਾ। ਹੋਰ ਬਹਿ ਜਾਂਦਾ। ਬਸ ਬਸ ਬੈਠੇ, ਮੈਨੂੰ ਫਿਰ ਕੰਮ ਆਣਾ, ਹੁਣ ਕਾਲੀਏ ਥੋੜੀ ਜੀ। ਠੀਕ ਆ ਭਾਈ। ਵੀਰ ਜੀ, ਇੱਥੇ ਸੁੱਖਾ ਟੇਲਰ ਦੀ ਦੁਕਾਨ ਕਿੱਥੇ ਜੀ? ਸੁੱਖੇ ਟੇਲਰ ਦੀ ਦੁਕਾਨ? ਉਹ ਬਾਈ ਜਿੱਥੇ ਸਕੂਟੀ ਨਹੀਂ ਖੜੀ ਹੈ ਨਾ? ਹਾਂਜੀ, ਉਹੀ ਸੁੱਖੇ ਟੇਲਰ ਦੀ ਦੁਕਾਨ ਹੈ ਬਾਈ। ਚਲੋ ਠੀਕ ਆ ਬਾਈ, ਸ਼ੁਕਰੀਆ ਬਾਈ। ਓਕੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸੁੱਕਾ ਟੇਲਰ ਦੀ ਦੁਕਾਨ ਇਹੀ ਹੈ ਜੀ? ਹਾਂਜੀ ਹਾਂਜੀ, ਦੱਸੋ ਜੀ। ਨਹੀਂ ਹੈ ਜੀ ਜੀ, ਆਇਆ ਗੁਲਾਬਗੜ੍ਹ ਤੋਂ ਜੀ। ਅੱਛਾ ਜੀ, ਉਹ ਟੇਲਰ ਨੇ ਭੇਜੇ ਤੁਹਾਡੇ ਕੋਲ ਜੀ? ਅੱਛਾ ਅੱਛਾ, ਸਰਦਾਰ ਜੀ ਬੈਠੋ, ਕੋਈ ਗੱਲ ਨਹੀਂ ਬਾਈ। ਬੈਠਣ ਦਾ ਟਾਈਮ ਨਹੀਂ ਹੈਗਾ ਜੀ ਮੇਰੇ ਕੋਲੇ, ਮੈਂ ਰੱਖੀ ਬੇਟਾ ਗੁੜੀਆ ਦਾ ਵਿਆਹ। ਅੱਛਾ ਜੀ, ਤੇ ਇਹ ਮੈਂ ਕੋਟ ਮੇਰੇ ਹੋ ਗਿਆ ਭੀੜਾ, ਤੇ ਖੁੱਲਾ ਕਰਵਾਉਣਾ ਜੀ। ਕੋਈ ਗੱਲ ਨਹੀਂ, ਕਰਨਾ ਕਿਉਂ ਚਾਹੀਦਾ ਜੀ? ਬਸ ਜੀ ਮੈਨੂੰ ਥੋੜਾ ਜਾਦੂ ਚਾਹੀਦਾ ਜੀ। ਕੋਈ ਗੱਲ ਦੱਸੋ ਜੀ, ਕਰਦਾ ਜੀ। ਲਿਆ ਨਾਪ ਲੈ ਆਉਂਦਾ ਜੀ। ਮਾੜਾ ਜਿਹਾ ਤੁਰ ਤੁਰੋ ਬਈ। ਲਵਾਈ ਲਵਾਈ ਠੀਕ ਹੈ? ਲਵਾਈ ਲਵਾਈ ਠੀਕ ਆ, ਤੇ ਥੋੜਾ ਜਿਹਾ ਛਾਤੀ ਤੋਂ ਜ਼ਿਆਦਾ ਭੀੜਾ ਗਾ। ਕੋਈ ਗੱਲ ਨਹੀਂ, ਮੈਂ ਕਰ ਦੂੰਗਾ। ਬਈ ਨਾਮ ਕੀ ਆਪਣਾ? ਨਾਮ ਮਗਰ ਸਿੰਘ ਆ ਜੀ। ਮਗਰ ਸਿੰਘ, ਠੀਕ ਹੈ ਬਈ, 5 ਦਿਨ ਤੱਕ ਲੈ ਜਾਓ ਪੜ੍ਹ ਕੇ ਆਪਣੇ। ਚਲੋ ਠੀਕ ਆ ਬਈ। ਨਾ ਠੀਕ ਹੈ ਬਈ ਯਾਰ, 2 ਮਿੰਟ ਪਹਿਲੇ ਚਾਹ ਪਾਣੀ ਬਣਾਉਂਦੇ ਯਾਰ। ਬਈ ਮੈਂ ਉਹਨਾਂ ਕੇ ਸ਼ਹਿਰ ਚ ਕੰਮ ਆਗਾ, ਤੇ ਥੋੜੀ ਜਲਦੀ ਆ ਵਿਆਹ ਤੋਂ ਬਾਅਦ ਜੱਤੇ ਕੰਮ ਚਲੋ ਕਰਾਂਗੇ। ਚਲੋ ਠੀਕ ਹੈ ਬਈ। ਚਲੋ ਠੀਕ ਹੈ ਜੀ, ਓਕੇ ਬਈ। ਤੁਸੀਂ ਵੀ ਜੀ ਦਾ ਨਿਬੜ ਗਿਆ ਕੰਮ ਯਾਰ, ਬਾਈ ਦਾ ਕੋਡ ਕਰ ਹੀ ਦੇਈਏ ਆਪਾਂ। ਆਗੇ ਗਾ ਦੇਖੋ ਸੋਹਣਾ ਲੱਗਦਾ ਯਾਰ ਸਾਰੇ।
करके ना ड्रॉ ही रख, फिर देखते हैं। The subscriber is currently switched off. Please try after some time. यार भोले का नंबर भी बंद आई अंदर की चक्कर पै गया करता यार सवेरे उन्होंने पेंट ही जाया उन्हें कहना एक बार भोले ना लेकर उन्होंने घर जाया मैं उन्होंने घर पता होगा है ना चल ठीक है उन्हें आ कम करते हैं दुकान बता दे चल दे चाह चू पी ला चाह नहीं चाह फिर पी मैं फिर पी मैं जरूरी गल चल ठीक है है तो खैर सुख है सुख तो है आजा चल फिर मैं दुकान बता दिया तो चल बाबा जी जिथे जिथे तुसी कहा सीगा सारे भाल लिया कितों भी नहीं लभे जी बच्चा ध्यान ना देखा सी हाँ जी बाबा जी ध्यान ना देखा बाबा जी मतलब छोटा ही सहारा जी तुसी दो उपाव कहा सी दोनों कर ले जी बाकी जिथे जिथे कहा सी सब जगह देख लिया कितने कोई हल नहीं होया जी हुण करो उपाव तुसी बैठ बच्चा तू कर दे बा बच्चा कर दिए पास छोटा फिर हाँ जी बाबा जी लभद के सोना हाँ जी पा थोड़ा है महंगा बच्चा बाबा जी पा चाहे महंगा चाहे सस्ता पा तुसी पा करो जी ठीक है 5500 रुपया लगूगा बाबा जी 5500 लगे चाहे 10000 लगे जिथे मेरा इना नुकसान होगा जी उथे होर सही जी बस फिर बच्चा थोड़ा कर देने आपा मगर सयान मिल लगा बाबे थोड़ा पा होना नहीं भाई तुसी किवें इथे मैं थोड़ा पा ही करना है जी वीर जी तुहानू साडे घर दी गल दा नहीं पता जी मैं तुहाडे पिछे बैठा सीगा उदों दा बकर सिंह मैनूं सारा पता लग गया तुहाडी की गलबात चल रही आ इह तों तुहाडा पा होणा नहीं मगर सिंह तुहानू एवें बहिम भरम च पाई बैठा इह ठग बंदा तुहानू कुछ नहीं करके दे सकदा इह
ਨਾ ਤੂੰ ਕਰ ਦੇਗਾ ਹੱਲ ਨਾ ਤੂੰ ਸਿਆਣਾਗਾ ਸਿਆਣਾ ਤਾਂ ਮੈਂ ਨਹੀਂ ਪਰ ਕਮਲਾ ਜ਼ਰੂਰ ਆ ਸਿੱਧੀ ਮਾਤਰਾ ਜਿੰਨੇ ਰੁਪਏ ਲਏ ਵਾਪਸ ਕਰ ਦੇ ਇਹਨਾਂ ਦੇ ਬਾਬਾ ਜੀ ਇਹਦੇ ਵਾਸਤੇ ਮੈਂ ਮਾਫੀ ਮੰਗਦਾ ਜੀ ਵੀਰ ਜੀ ਤੁਸੀਂ ਸ਼ਾਂਤ ਰਹੋ ਜੀ ਤੈਨੂੰ ਨਹੀਂ ਪਤਾ ਮੈਂ ਅੱਗੇ ਬਹੁਤ ਟੈਨਸ਼ਨ 'ਚ ਮੈਂ ਆਪਣੀ ਧੀ ਦਾ ਵਿਆਹ ਰੱਖੀ ਬੈਠਾਂਗਾ ਕੋਈ ਗੱਲ ਨਹੀਂ ਮਗਰ ਸਿਆਂ ਵਿਆਹ ਵੀ ਹੋਊਗਾ ਕੁਛ ਨਹੀਂ ਹੁੰਦਾ ਤੁਸੀਂ ਮੈਨੂੰ 100 ਪਹਿਲਾਂ ਇਹਨੂੰ ਕਿੰਨੇ ਰੁਪਏ ਦਿੱਤੇ ਆ ਬਾਬਾ ਜੀ ਤੁਸੀਂ ਰੁਪਈਆਂ ਦੀ ਗੱਲ ਛੱਡੋ ਜੀ ਮੈਂ ਪਹਿਲੇ ਬਹੁਤ ਟੈਨਸ਼ਨ ਦਾ ਮਗਰ ਸਾਂ ਕੋਈ ਨਾ ਟੈਨਸ਼ਨ ਨਾ ਲਓ ਮੈਂ ਸਭ ਕੁਝ ਕਰੂੰਗਾ ਤੁਹਾਡਾ ਹੱਲ ਕਰਕੇ ਦਊਂਗਾ ਤੁਸੀਂ ਦੱਸੋ ਨਾ ਕਿੰਨੇ ਰੁਪਏ ਦਿੱਤੇ ਆ ਵੀਰ ਜੀ 2100 ਰੁਪਏ ਦਿੱਤਾ ਸੀਗਾ ਜੀ ਪਾ ਹੁਣ ਆਖਰੀ ਪਾ ਕਰਨ ਲੱਗਿਆ ਬਾਬਾ ਜੀ ਬਾਬਾ ਇਹਨਾਂ ਦੇ ਪੈਸੇ ਇਹਨਾਂ ਨੂੰ ਵਾਪਸ ਕਰਦੇ ਨਹੀਂ ਮੈਥੋਂ ਬੁਰਾ ਕੋਈ ਨਹੀਂ ਬੱਚਾ ਆਪਾਂ ਪੈਸੇ ਨਾਲ ਹੀ ਹੁੰਦੇ ਆ ਪੈਸਿਆਂ ਦਾ ਤਾਂ ਮੈਨੂੰ ਪਤਾ ਨਹੀਂ ਪੈਸਿਆਂ ਨਾਲ ਕਰਦਾ ਕਿਵੇਂ ਕਰਦਾ ਮੈਂ ਡਾਂਗ ਨਾਲ ਜ਼ਰੂਰ ਕਰ ਦੂੰਗਾ ਆਪਾਂ ਤੂੰ ਪੈਸੇ ਦੇ ਦੇ ਨਾ ਚੁੱਪ ਕਰਕੇ ਫੜਾ ਮੈਨੂੰ ਡਾਂਗ ਮੈਂ ਕਰਾਂ ਬਾਬੇ ਲੋੜ ਯਾਰ ਨਾ ਬੱਚਾ ਬਾਈ ਤੁਸੀਂ ਚੰਗੀ ਕੀਤੀ ਯਾਰ ਕੋਈ ਗੱਲ ਨਹੀਂ ਮਗਰ ਸਿਆ ਆ ਜਾ ਤੁਹਾਨੂੰ ਸਮਝਾਉਣਾ ਸਾਰੀ ਗੱਲ ਬਤਾ ਜਾ ਮਗਰ ਸਿਆ ਕੋਈ ਨਹੀਂ ਸ਼ਾਂਤੀ ਰੱਖ ਸਾਰਾ ਕੰਮ ਹੋ ਜਾਊਗਾ ਭੋਲੇ ਬਾਈ ਦੇ ਕੋਟ ਪਵਾ ਪਹਿਲਾਂ ਤਾਂ ਬਾਈ ਯਾਰ ਤੂੰ ਕਮਾਲ ਕਰੀ ਜਾਂਦਾ ਯਾਰ ਪਹਿਲਾਂ ਤੂੰ ਮੇਰਾ ਬਾਬਾ ਕੁੱਟ ਕੇ ਵਜਾ ਦਾ ਮੇਰੀ ਕੁੜੀ ਦਾ ਵਿਆਹ ਰੁੜ ਗਿਆ ਤੇ ਉੱਤੋਂ ਤੂੰ ਕੋਟ ਪਵਾਈ ਜਾਂਦਾਗਾ ਕੋਈ ਗੱਲ ਨਹੀਂ ਕੋਈ ਨਹੀਂ ਮਗਰਾ ਕੋਟ ਦੀ ਫਿਟਿੰਗ ਜੀ ਭਾਈ ਫਿਟਿੰਗ ਤਾਂ ਸਹੀ ਹੋਣੀ ਆਪਣੀ ਹੁਣ ਜਦੋਂ ਤੂੰ ਵੇਚਾ ਬਦਕਾ ਖਾ ਕੇ ਲਿਆ ਸੀਗਾ कोट देन आए थे सेट कराने वास्ते तुहाडे कोट दी जेब च जी सारे गहने ਭਾਈ ਜੀ ਹੁਣ ਮੈਂ ਤੁਹਾਡਾ ਕਿਸ ਸ਼ਬਦਾਂ ਨਾਲ ਧੰਨਵਾਦ ਕਰਾਂ ਜੀ ਅੱਜ ਕੱਲ੍ਹ ਦੇ ਜਵਾਨੇ ਵਿੱਚ ਨਾ ਲੋਕ 10-10 ਰੁਪਏ ਪੈਸੇ ਨਾ ਜੀ ਬੰਦੇ ਨੂੰ ਮਾਰ ਦਿੰਦੇ ਆ ਮੈਂ ਤੁਹਾਡਾ ਕਿਸ ਨਾਮ ਨਾਲ ਧੰਨਵਾਦ ਕਰਾਂ ਮੈਨੂੰ ਕੋਈ ਗੱਲ ਨਹੀਂ ਮਦਰ ਸਾਹਿਬ ਕੋਈ ਗੱਲ ਨਹੀਂ ਤੂੰ ਬੇਝਿਜਕ ਹੋ ਕੇ ਹੁਣ ਆਪਣੀ ਕੁੜੀ ਦਾ ਵਿਆਹ ਕਰ ਟੈਨਸ਼ਨ ਨਾ ਲੈ ਚੱਲ ਠੀਕ ਆ ਮਦਰ ਸਾਹਿਬ ਹੁਣ ਅਸੀਂ ਚੱਲਦੇ ਹਾਂ ਨੂੰ ਦੇ ਇਜਾਜ਼ਤ ਬਾਈ ਚਲੋ ਠੀਕ ਆ ਵੀਰ ਜੀ ਪਰ ਵੀਰ ਜੀ ਇੱਕ ਬੇਨਤੀ ਹੈ ਜੀ ਵਿਆਹ ਵਾਲੇ ਦਿਨ ਜ਼ਰੂਰ ਪਹੁੰਚਣਾ ਜੀ ਆਪਣੀ ਧੀ ਨੂੰ ਆਸ਼ੀਰਵਾਦ ਦੇ ਕੇ ਜਾਣਾ ਜੀ ਕੋਈ ਗੱਲ ਨਹੀਂ ਮਗਰ ਸਿਆਂ ਜ਼ਰੂਰ ਪਹੁੰਚਾਂਗੇ ਕੱਲ੍ਹ ਚੱਲੇ ਭੋਲੇ ਆਪਾਂ ਵੀਰ ਚਾਹ ਪਾਣੀ ਪੀ ਲਈਆਂ ਜੀ ਬਸ ਜੀ ਧੰਨਵਾਦ ਹੁਣ ਤਾਂ ਅਸੀਂ ਵਿਆਹ ਦੇ ਦਰਸ਼ਨ ਦੇਣਾ ਤੁਹਾਨੂੰ ਚਲੋ ਠੀਕ ਹੈ ਮਗਰ ਸਿਆਂ ਠੀਕ ਹੈ ਵੀਰ ਓਕੇ ਬਾਈ ਚਲੋ ਠੀਕ ਹੈ ਠੀਕ ਹੈ ਮਗਰ ਸਿਆਂ ਠੀਕ ਹੈ ਜੀ